ਜਥਾ ਜੀ, ਕੀ ਤਿੰਨ ਸ਼ਬਦਾਂ ਤੋਂ ਇਤਰਾਜ਼ ਹੋਇਆ ਸਮੁੱਚੀ ਸਿੱਖ ਕੌਮ ਨੂੰ ਸੰਤ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ? ਬਹੁਤ ਜ਼ਿਆਦਾ ਇਤਰਾਜ਼ ਆ ਕਿ ਨਾ ਕਹਿਣ ਜੋਗਿਆ ਤੇ ਨਾ ਸਹਿਣ ਜੋਗਿਆ ਤੇ ਨਾ ਕਰਨ ਜੋਗਿਆ। ਜਿੰਨਾ ਚਿਰ ਇਹਨਾਂ ਕਹੇ ਸ਼ਬਦਾਂ ਦਾ ਮਸਲਾ ਹੱਲ ਨਹੀਂ ਹੁੰਦਾ, ਅਸੀਂ ਕਦੇ ਵਾਸਤੇ ਆਪਣਾ ਜਿਹੜਾ ਕਦਮ ਪਿੱਛੇ ਨਹੀਂ ਹਟਾਵਾਂਗੇ। ਤੇ ਕੀ ਚਾਹੁੰਦੇ ਹੋ ਬਾਬਾ ਜੀ ਤੁਸੀਂ? ਅਸੀਂ ਚਾਹੁੰਦੇ ਹਾਂ ਵੀ ਜੇਕਰ ਇਹਦੇ ਕੋਲੋਂ ਜਾਣੇ ਅਣਜਾਣੇ ਕੋਈ ਭੁੱਲ ਹੋਈ ਆ, ਸਮੁੱਚੀ ਸਿੱਖ ਕੌਮ ਦੇ ਕੋਲੋਂ ਇਹ ਮਾਫ਼ੀ ਮੰਗੇ, ਲਿਖਤੀ ਵੀ ਮੰਗੇ ਤੇ ਮੀਡੀਆ ਤੇ ਵੀ ਆ ਕਰਕੇ ਮੰਗੇ। ਜਿੰਨਾ ਚਿਰ ਇਹ ਸ਼ਬਦ ਨਹੀਂ ਕਹਿੰਦਾ, ਮਾਫ਼ੀ ਨਹੀਂ ਮੰਗਦਾ, ਖਿਮਾ ਜਾਚਨਾ ਨਹੀਂ ਕਰਦਾ, ਅਸੀਂ ਇਹਦਾ ਕਦੇ ਵਾਸਤੇ ਲਿਹਾਜ਼ ਨਹੀਂ ਕਰਾਂਗੇ। ਜਥੇ ਜੀ, ਤਿੰਨ ਸ਼ਬਦ ਦੱਸੋ ਬਰੀਫ 'ਚ, ਕਿਹੜੇ ਕਿਹੜੇ ਨੇ ਇਹਨਾਂ ਨੇ ਜਿਹੜੇ ਇਤਰਾਜ਼ ਹੋ, ਜਿਹਨਾਂ ਦੇ ਇਤਰਾਜ਼ ਤੁਹਾਨੂੰ? ਇੱਕ ਤੇ ਸੰਤ ਸ਼ਬਦ ਨੂੰ ਹਰਾਮਜ਼ਾਦਗੀ ਵਰਤਿਆ, ਦੂਜਾ ਇਹਨਾਂ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਅਸਥਾਨਾਂ ਦੇ ਉੱਪਰ ਕਿੰਤੂ ਕੀਤਾ ਕਿ ਅੰਮ੍ਰਿਤ ਹੈ, ਅੰਮ੍ਰਿਤ ਸਰੋਵਰ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤੇ ਆ। ਅੰਮ੍ਰਿਤ ਸਰੋਵਰ ਨੂੰ ਇਹਨਾਂ ਨੇ ਕਿਹਾ ਕਿ ਆਮ ਪਾਣੀ ਆ, ਉਹ ਆਮ ਪਾਣੀ ਦੀ ਅੰਮ੍ਰਿਤ ਜਲ ਆ, ਅੰਮ੍ਰਿਤ ਸਰੋਵਰ ਆ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਨੇ ਸਿੱਧ ਕੀਤਾ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਆਪਾਂ ਗੁਰਬਾਣੀ ਦੀ ਕਰ ਜੇਕਰ ਆਧਾਰ ਤੇ ਚੱਲਦੇ ਹਾਂ ਤੇ ਗੁਰਬਾਣੀ ਦੇ ਅੰਦਰ ਹਰਿਮੰਦਰ ਸਾਹਿਬ ਦੀ ਤੇ ਪਾਵਨ ਅੰਮ੍ਰਿਤ ਸਰੋਵਰ ਦੀ ਵਡਿਆਈ ਕੀਤੀ ਗਈ ਆ, ਇਸੇ ਤਰ੍ਹਾਂ ਨਾਲ ਸੰਤ ਸ਼ਬਦ ਦੀ ਵਡਿਆਈ ਕੀਤੀ ਗਈ ਹੈ। ਇਹਨਾਂ ਨੇ ਪਤਾ ਨਹੀਂ ਕਿਸੇ ਕਿਤਾਬੀ ਗਿਆਨ ਪੜ੍ਹਿਆ ਜਾਂ ਕਿਸੇ ਨਾਸਤਕ। ਤੀਜਾ ਸ਼ਬਦ ਜੀ, ਤੀਜਾ ਜਿਹੜਾ ਪੂਰਾ ਸਾਹਿਬ ਬਾਰੇ ਇਹਨਾਂ ਨੇ, ਬਾਬਾ ਕਾਲਾ ਸਾਹਿਬ ਦੇ ਪਾਵਨ ਇਤਿਹਾਸ ਤੇ ਇਹਨਾਂ ਨੇ ਕਿੰਤੂ ਕੀਤਾ, ਜਿੱਥੇ 26 ਸਾਲ 9 ਮਹੀਨੇ ਤੇ ਕੁਝ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਭੋਰੇ ਵਿੱਚ ਰਹੇ ਆ। ਉੱਥੋਂ ਦਾ ਇਤਿਹਾਸ ਗਵਾਹ, ਗੁਰਦੁਆਰਾ ਸਾਹਿਬ ਜਿਹੜਾ ਉੱਥੋਂ ਦਾ ਭੋਰਾ ਸਾਹਿਬ ਆ ਉਹ ਅਗਵਾਈ ਭਰਦਾ। ਪਤਾ ਨਹੀਂ ਇਹਨਾਂ ਨੇ ਕਿੱਥੋਂ ਇਤਿਹਾਸ ਪੜ੍ਹਿਆ ਕਿ 26 ਸਾਲ ਉੱਥੇ ਭੋਰੇ ਵਿੱਚ ਨਹੀਂ ਰਹੇ। ਸਾਡਾ ਦਾਅਵਾ ਨਹੀਂ, ਸਾਡਾ ਵਿਸ਼ਵਾਸ ਆ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਭੋਰੇ ਸਾਹਿਬ ਦੇ ਅੰਦਰ ਰਹੇ ਆ। ਮੱਖਣ ਸ਼ਾਹ ਲਬਾਣੇ ਦਾ ਉਸੇ ਭੋਰੇ ਵਿੱਚੋਂ ਬੈਠ ਕਰਕੇ ਉਹਨਾਂ ਨੇ ਸਮੁੰਦਰ ਵਿੱਚੋਂ ਜਹਾਜ਼ ਪਾਰ ਕੀਤਾ। ਇਸੇ ਭੋਰੇ ਸਾਹਿਬ ਦੇ ਵਿੱਚ ਆ ਕਰਕੇ ਮੱਖਣ ਸ਼ਾਹ ਲਬਾਣੇ ਨੇ ਦਰਸ਼ਨ ਕੀਤੇ, ਭੋਰੇ ਸਾਹਿਬ ਦੀ ਛੱਤ ਦੇ ਉੱਪਰ ਚੜ੍ਹ ਕਰਕੇ ਤੇ ਮੱਖਣ ਸ਼ਾਹ ਲਬਾਣੇ ਨੇ ਰੌਲਾ ਪਾਇਆ, ਗੁਰੂ ਲਾ ਤੋਰੇ, ਗੁਰੂ ਲਾ ਤੋਰੇ। ਇਹ ਸਾਡਾ ਇਤਿਹਾਸ ਵਾ, ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ। ਹਰਿਮੰਦਰ ਸਾਹਿਬ ਤੇ ਕਿੰਤੂ ਕਰੇ, ਅੰਮ੍ਰਿਤ ਸਰੋਵਰ ਤੇ ਕਿੰਤੂ ਕਰੇ, ਸੰਤ ਸ਼ਬਦ ਤੇ ਕਿੰਤੂ ਕਰੇ ਜਾਂ ਸਾਡੇ ਪਾਵਨ ਇਤਿਹਾਸ ਤੇ ਕਿੰਤੂ ਕਰੇ, ਕਿਸੇ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ। ਮਤਲਬ ਗੱਲ ਮਾਫੀ ਜਾ ਕੇ ਖੜ ਗਈ ਤੁਹਾਡੀ? ਮਾਫੀ, ਜਿੰਨਾ ਚਿਰ ਮਾਫੀ ਨਹੀਂ ਮੰਗੇਗਾ ਉਹਨਾਂ ਚਿਰ ਇਹ ਗੱਲ ਕਿਸੇ ਪਾਸੇ ਤੁਹਾਨੂੰ ਪੱਤਨ ਨਹੀਂ ਲੱਗੇਗੀ।